ਨੂੰ ਫੋਨ ਲਾਈਏ ਉਹਦੀ ਫੈਕਟਰੀ ਲਵੇ ਤਾਂ ਆਈ ਹੋਏ ਆਂਗੇ ਹੈਲੋ ਹਾਂ ਭਾਈ ਰਮਾਨ ਮੈਂ ਸੁਖਵਣ ਬੋਲਦਾ ਸੀਗਾ ਹਾਂ ਫੈਕਟਰੀ ਚ ਆਏਗਾ ਹਾਂ ਮੈਂ ਉੱਥੇ ਆ ਜਾ घर बार कभी बढ़िया का अच्छा फिर फैक्ट्री बढ़िया चलो कम बढ़िया चली है ना का हां हां गट कितने क्विंटल दी आएगी 6 क्विंटल दी आएगी अच्छा ठीक है फिर भाई गट का रेट कितना हैगा ₹550 देना तेल का 500 देगी तेरे फिर पहुंचा दूंगे चल फिर आएंगे दो गट्ठा भेज दे ठीक है चल ठीक है यार इकट्ठे दे बड़ी आरामदारी हैगी एक लैन देन बस पा दी है बस अद्धी क लगी है एक दिन होगा चल वधिया है फसल बड़ी अच्छा कि अच्छा गठे के में कैसी तू वहां ले आंदी है ता अपने उठो ले आंदी सी गरमान दी फैक्ट्री जो ये 500 दी आई है भाई ओहो ओ तो ले आनी तेरे रणवीर दी फैक्ट्री जा केमे भाई ओहो 400 दे देंदा है ओ 400 देंदा है का यार इना रेट दा फर्क है मेनू मान यार धोखा ही करता फिर यार ओ तो मेरा दोस्त है यार हुन मेरे पनु 500 दी का तो लादी ओ तो फौंदी मेनू कहंदी 550 दी होरा वास्ते मेरे वास्ते 500 दी आएगी ओहो यार मैं भी उठी ले आऊंगा आप चलना क्या मांगे ठीक है देख क्या मांगे चार ठीक है सही लोग फोन लाइयो कल कहें थी जा क्या मांगे मैंने कितनी फैक्ट्री जा हेलो सही जा हाँ सुखवण चल गई है फैक्ट्री जा चल ठीक है चल मैं तेरे लिए आऊंगा ठीक है आ जा फैक्ट्री अच्छा है रणवीर में बैठा गा
ਸੁਖਮਨ ਕਿੱਥੇ ਆ? ਹਾਂ ਕੀ ਹੁੰਦਾ? ਕੁਛ ਨਹੀਂ ਬਸ ਵਿਹਲੇ ਸੀ। ਹੋਰ ਨਵੀਂ ਤਾਜੀ? ਬਸ ਆ ਜਿਵੇਂ ਗੱਡਾਂ ਹੀ ਖਾਦੀਆਂ ਤੇ ਘਰ ਕਿਨੇ ਚਾਰ ਦੀਆਂ ਹੋਰ ਲਿਆਏ ਸੀ ਉਹਦੀ ਰਣਵੀਰ ਦੀ ਫੈਕਟਰੀ ਤੋਂ। ਵਧੀਆ ਇਹਦੇ ਨਾਲ ਦੁੱਧ ਵਾਦਾ ਨਾ ਕੋਈ ਫਰਕ ਤਾਂ ਪਿਆ ਨਹੀਂ ਅੱਛਾ ਜੀ। ਫੇਰ ਵੀ ਕੀ ਫਾਇਦਾ ਹੋਇਆ ਨਾ ਨਾ ਇੰਨੇ ਪੈਸੇ ਵੀ ਲਾਏ। ਹੋਰ 400 ਰੁਪਏ ਲਿਆਂਦੀ ਸੀ 400 ਵੀ ਹੋਰ ਫਿਰ ਤੂੰ ਉਹ ਤੇਰੇ ਮਿੱਤਰ ਦੀ ਫੈਕਟਰੀ ਚ ਲਿਆਉਣੀ ਤੇ ਅਰਮਾਨ ਦੀ ਫੈਕਟਰੀ ਚੋਂ ਉਹ ਮਹਿੰਗੀ ਲਾਉਂਦਾ ਬਹੁਤ 500 ਦੀ ਆ ਲਿਆਇਆ ਸੀ ਮਤਲਬ ਦੋ ਉਹ ਮੈਨੂੰ ਸਹਿਜ ਆਇਆ ਸੀਗਾ ਉਹਦੇ ਘਰੇ ਕਹਿੰਦਾ ਥੋ ਤੋ ਕਦੋਂ ਲਿਆਂਦੀ ਹੈਗੀ ਕਹਿੰਦਾ ਰਮੀ ਦੀ ਫੈਕਟਰੀ ਤੋਂ ਕਹਿੰਦਾ ਸਸਤੀ ਦਿੰਦਾ। ਉਹਦੇ ਵਾਲੀ ਦੇ ਵਿੱਚ ਫਰਕ ਆਏ ਆ ਅਰਮਾਨ ਵਾਲੀ ਦੇ ਵਿੱਚ ਸਣੇ ਕੁੱਕੜੀਆਂ ਨੇ ਜਿਹੜੀ ਹੈਗੀ ਆ ਰਣਵੀਰ ਇਹਦੇ ਵਾਲੀ ਰਣਵੀਰ ਵਾਲੀ ਇਹਨਾਂ ਨੇ ਮੱਕੀ ਦੇ ਲੈ ਲਏ 70-80 ਕਿੱਲੇ ਕੁੱਕੜੀਆਂ ਸਾਰੀਆਂ ਤੜਵਾਤੀਆਂ ਇਕੱਲੇ ਟਾਂਡਿਆਂ ਦਾ ਚਾਰ ਪਵਾਤਾ। ਅੱਛਾ ਉਹ ਮੇਰੇ ਨੂੰ ਤਾਂ ਸਹਾਇਕ ਹੈ ਕਿ ਗਿਆ ਅਸੀਂ ਤਾਂ 400 ਰੁਪਏ ਦੇਈ ਜਾਂਦੇ ਨੇ। ਅੱਛਾ ਮੈਂ ਤਾਂ ਸਹਾਇਕ ਹੈ ਕਿ ਗਿਆ ਦੀਗਾ ਕਹਿੰਦਾ ਸਸਤੀ ਆ ਉੱਥੇ ਇਹਦਾ ਤੂੜੀ ਵਾਲੀ ਕੰਮ ਹੋ ਗਿਆ ਕੱਲਾ। ਹੋਰ ਮੈਂ ਹੁਣ ਇੰਨੀ ਅੜੀ ਗਿਆ ਵਾਲੀਆਂ ਮੰਗਾ ਮੱਕੀ ਦੇ ਦਾਣਾ ਦਾ ਕੋਈ ਆਇਆ ਨਹੀਂ ਇਹਦੇ ਵਿੱਚ ਨਾਲ ਮੈਂ ਇੰਨੀ ਅੜੀ ਗਈ ਬੈਠਾ ਹਾਂ। ਸਸਤੇ ਪਿੱਛੇ ਪੈ ਗਿਆ ਤੂੰ ਦਾਣਾ ਦੂਣਾ ਤਾਂ ਹੈ ਨੀ ਕੋਈ ਉਹ ਨਾਲੇ ਅਰਮਾਨ ਉਹ ਹੋ ਗਿਆ ਉਹ ਚੋ ਲਿਆਂਦੇ ਸੀ ਮਤਲਬ ਤੇ ਉਹੀ ਉਹਦੇ ਮੈਨੂੰ ਕਹਿਤਾ ਯਾਰ ਤੇਰੇ ਨਾਲ ਕਈ ਹੋ ਰਹੀਆਂ ਨੇ ਫਿਰ ਰੱਬ ਉਹਨਾਂ ਨੂੰ ਵੀਰ ਨੂੰ ਮੋੜੇ ਆਉਣੇ ਆਏ ਉਹਦੇ ਇਕੱਠਾ ਪਤਾ ਲੱਗ ਗਿਆ ਉਹ ਤੋਂ ਲਿਆ ਕੋਈ ਚਾਰ ਉਹ ਵੀ ਮੇਰਾ ਫੋਨ ਚੱਕਦਾ ਹੁਣ ਹੋਰ ਕਿੱਧਰ ਭਾਗੀ ਬੈਠ ਤਾਂ ਜਾਂਦੇ ਹਾਂਗੇ ਬੈਠ ਜਾਂਦਾ ਹੁਣ ਵੀ ਕੀ ਕਰੀਏ ਮੈਨੂੰ ਵੀ ਲੱਗਿਆ ਨੀ ਪਤਾ ਯਾਰ ਯਾਰ ਕੀ ਕਰੀਏ ਸਾਨੂੰ ਕਿਹੜਾ ਪਤਾ ਸੀਗਾ ਅਸੀਂ ਤਾਂ ਯਾਰ 100 ਰੁਪਏ ਪਿੱਛੇ ਪੈ ਗਏ ਇਹਦੇ ਹੀ ਕੰਮ ਨੇ ਅਸਲ ਤਾਂ ਜਿਹੜਾ ਤੇਰੇ ਲਵੇ ਬੈਠਾ ਬਾਈ ਏਸੀ ਨੇ ਕਿਹਾ ਸੀ ਮੈਨੂੰ ਤਾਂ ਹੁਣ ਇਹ ਅਸੀਂ ਸਾਨੂੰ ਜੀਰੇ ਚਾਰ ਲੈਣਾ ਦਾ ਰਮਾਣ ਦੀ ਫੈਕਟਰੀ ਚਲੋ ਆਪੇ ਤਾਂ ਕਾਰਡ ਮੂਹਰੇ ਪਾ ਦੇਣੇ ਆ ਵੀਡੀਓ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ।